ਦੇਖ ਲਓ ਪਰ ਮੈਂ ਦੂਸਰੇ ਪਾਸੇ ਜਾਣਾ ਵੀ ਤੁਹਾਨੂੰ ਦੱਸਦਾ ਮੈਂ ਕਿੱਧਰ ਨੂੰ ਜਾਣਾ ਇੱਥੇ ਸਾਰਾ ਐਗਜ਼ਿਟ ਪੁਆਇੰਟ ਹੈ ਇੱਥੋਂ ਤੁਹਾਡੇ ਮੋਰ ਲੱਗ ਕੇ ਤੁਸੀਂ ਅੱਗੇ ਜਾਣਾ ਪਰ ਅਸੀਂ ਜਾਣਾ ਇੱਧਰ ਨੂੰ ਬਾਹਰ ਇੱਧਰੋਂ ਬਾਹਰ ਹੁੰਦੇ ਗਾਰੀਆ ਚ ਹੋ ਗਏ ਆਪਾਂ ਐਂਟਰ ਲੋ ਐਂਟਰ ਕਰਕੇ ਬਲਗਾਰੀਆ ਚ ਆਪਾਂ ਕੋਈ ਖਾਸ ਉਹਨਾਂ ਨੇ ਸਵਾਲ ਜਵਾਬ ਨਹੀਂ ਕੀਤਾ ਇਹੀ ਸੀ ਕਿ ਬਸ ਵੈਕਸੀਨ ਵੁਕਸੀਨ ਦਾ ਮੇਰੇ ਕੋਲ ਹੈਗਾ ਸੀ ਪਰ ਉਹਨਾਂ ਕੁਛ ਪੁੱਛਿਆ ਨਹੀਂ ਮੈਨੂੰ ਬਸ ਇੱਕ ਸਵਾਲ ਪੁੱਛਿਆ ਕਿ ਕਿੰਨੇ ਦਿਨ ਰੁਕਣਾ ਵਾ ਬੁਲਗਾਰੀਆ ਮੈਂ ਉਹਨੂੰ ਕਿਹਾ ਵੀ ਮੈਂ 4 ਜਾਂ 5 ਦਿਨ ਰੁਕਣਾ ਕਹਿੰਦਾ ਓਕੇ ਡਨ ਜਾਓ ਦੂਜਾ ਸਵਾਲ ਕੋਈ ਨਹੀਂ ਤੇ ਰਮਾਨੀ ਵਾਲਿਆਂ ਨੇ ਇੱਕ ਸਵਾਲ ਵੀ ਨਹੀਂ ਪੁੱਛਿਆ ਰਮਾਨੀ ਵਾਲਿਆਂ ਨੇ ID ਦੇਖੀ ਪਾਸਪੋਰਟ ਲਿਆ ਵੀ ਅਤੇ ਪਾਸਪੋਰਟ ਦੇ ਦਿੱਤਾ ਮੈਨੂੰ ਸਟੰਪ ਕਰਕੇ ਮੋਰ ਲਾ ਦਿਓ ਕੋਈ ਬਹੁਤੇ ਸਵਾਲ ਜਵਾਬ ਜਾਂ ਕੁਛ ਇੱਦਾਂ ਦਾ ਕੁਛ ਵੀ ਨਹੀਂ ਸੀ ਇਹ ਸ਼ਹਿਰ ਆ ਰੂਸੇ ਬਲਗਾਰੀਆ ਦਾ ਲਾਸਟ ਸ਼ਹਿਰ ਇਹ ਤੋਂ ਬਾਅਦ ਰਮਾਨੀਆ ਸਟਾਰਟ ਹੋ ਜਾਂਦਾ ਐਸਾ ਦੋਨੋਂ ਦਰਿਆ ਵਾ ਨਾਲ 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 ਜਾਂਦਾ ਇਹਦੇ ਆਹ ਬਿਲਿਕ ਤਰਨੋਵਾ ਨੂੰ ਜਾਂਦਾ ਰੋਡ ਇੱਧਰ ਨੂੰ ਆਪਾਂ ਜਾਣਾ ਅੱਜ ਬਿਲਿਕ ਤਰਨੋਵਾ ਰੁਕਾਂਗੇ ਜਾ ਕੇ ਕਿਉਂਕਿ ਉਹ ਵੀ ਇੱਕ ਬਹੁਤ ਵਧੀਆ ਸ਼ਹਿਰ ਆ ਦੇਖਣ ਵਾਲਾ ਵਾ ਪਹਾੜ ਦੇ ਉੱਪਰ ਬਣਿਆ ਵਾ ਤੁਹਾਨੂੰ ਦਿਖਾਵਾਂਗੇ ਸਾਰਾ ਹੀ ਉਸੇ ਸ਼ਹਿਰ ਬਾਰੇ ਤੁਹਾਨੂੰ ਦੱਸ ਦੇਵਾਂ ਵੀ ਕੀ ਕੁਝ ਖਾਸ ਆ ਜਾਂ ਕਦੋਂ ਕੀ ਇਹਦਾ ਕਦੋਂ ਸਥਾਪਨਾ ਹੋਈ ਸੀ ਮੈਂ ਤੁਹਾਨੂੰ ਦੱਸ ਦਿੰਦਾ ਸਾਰਾ ਚਲਦੇ ਚਲਦੇ ਆਪਾਂ ਗੱਲ ਕਰ ਲੈਂਦੇ ਹਾਂ ਅਤੇ ਵਿੱਚ ਮੈਂ ਰੁਕ ਗਿਆ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਜਿੱਥੇ ਟਾਈਮ ਲੱਗਾ ਵਾ ਇਹ ਸਟੇਸ਼ਨ ਆ ਰੂਸੇ ਸ਼ਹਿਰ ਦਾ ਇਹ ਸਟੇਸ਼ਨ ਆ ਮੈਂ ਤੁਹਾਨੂੰ ਦਿਖਾਉਂਦਾ ਜਦੋਂ ਤੁਸੀਂ ਆ ਜਾਂਦੇ ਹੋ ਉੱਥੋਂ ਜਦੋਂ ਉੱਥੋਂ ਆ ਜਾਂਦੇ ਤੁਹਾਡੀ ਜਿਹੜੇ ਟ੍ਰੇਨ ਵਾਲੇ ਬੰਦੇ ਉਹਨਾਂ ਦੀ ਇਮੀਗ੍ਰੇਸ਼ਨ ਇੱਥੇ ਹੁੰਦੀ ਆ ਸਟੇਸ਼ਨ 'ਤੇ ਇਮੀਗ੍ਰੇਸ਼ਨ ਹੁੰਦੀ ਜਿਹੜੇ ਉੱਧਰੋਂ ਆਉਂਦੇ ਆ ਉਹਨਾਂ ਦੇ ਅੰਦਰ ਹੀ ਮਤਲਬ ਟ੍ਰੇਨ ਦੇ ਵਿੱਚ ਜਿਹੜੀ ਅਲੱਗ ਟ੍ਰੇਨ ਆ ਸਪੈਸ਼ਲ ਟ੍ਰੇਨ ਹੁੰਦੀ ਆ ਉਹਦੇ ਵਿੱਚ ਹੀ ਇਮੀਗ੍ਰੇਸ਼ਨ ਵਾਲੇ ਵੜ ਜਾਂਦੇ ਪਾਸਪੋਰਟ ਆਈਡੀਆਂ ਸਾਰੇ ਫੜ ਲੈਂਦੇ ਆ ਫੜ ਕੇ ਫਿਰ ਤੁਹਾਨੂੰ ਉਹ ਅੰਦਰ ਰਹਿਣ ਦਿੰਦੇ ਅਤੇ ਆਪ ਲੈ ਦਿੰਦੇ ਬਾਹਰ ਆਈਡੀਆਂ ਫਿਰ ਚੈੱਕ ਕਰਕੇ ਆਈਡੀਆਂ ਅਤੇ ਸਾਰਾ ਹੀ ਤੁਹਾਨੂੰ ਫਿਰ ਦੱਸ ਦਿੱਤਾ ਜਾਂਦਾ ਵਾ ਠੀਕ ਆ ਉੱਥੇ ਤੁਹਾਡੀਆਂ ਸਟੈਂਪਾਂ ਸਟੂੰਪਾਂ ਲੱਗਦੀਆਂ ਫਿਰ ਤੁਹਾਨੂੰ ਐਗਜ਼ਿਟ ਕਰ ਪੈਂਦਾ ਅਤੇ ਜਿਹੜੇ ਇੱਥੋਂ ਜਾਂਦੇ ਆ ਜਿਨ੍ਹਾਂ ਨੇ ਜਾਣਾ ਵਾ ਜੇ ਮੰਨ ਲਓ ਤੁਸੀਂ ਆਏ ਆ ਇੱਥੇ ਘੁੰਮਣ ਨੂੰ ਇੱਥੋਂ ਵਾਪਸ ਤੁਸੀਂ ਜਾਣਾ ਵਾ ਅਤੇ ਇੱਥੇ ਹੀ ਤੁਹਾਡਾ ਇਮੀਗ੍ਰੇਸ਼ਨ ਹੋਣਾ ਵਾ ਟ੍ਰੇਨ ਵਾਲਿਆਂ ਦਾ ਇੱਥੇ ਇਮੀਗ੍ਰੇਸ਼ਨ ਹੁੰਦਾ ਇਹ ਟ੍ਰੇਨ ਸਟੇਸ਼ਨ ਆ ਚੇਤਾ ਰੱਖਿਓ ਇੱਥੇ ਟ੍ਰੇਨ ਆਉਂਦੀ ਆ ਇੱਥੇ ਤੁਸੀਂ ਟ੍ਰੇਨ ਲੈਣੀ ਰੂਸੇ ਦੀ ਇਹ ਆੜਾ ਸਾਈਨ ਆੜਾ ਤੁਹਾਨੂੰ ਸਾਹਮਣੇ ਸਾਈਨ ਦਿਸਦਾ ਪਿਆ ਵਾ ਇੱਥੋਂ ਅੰਦਰ ਜਾ ਕੇ ਥੱਲੇ ਅੰਦਰ ਜਾ ਕੇ ਉੱਥੋਂ ਇੱਧਰਲੇ ਹੱਥ ਤੋਂ ਟਿਕਟ ਮਿਲਦੀ ਆ ਅਤੇ ਉੱਥੋਂ ਹੀ ਟਿਕਟ ਬਾਏ ਕਰਨੀ ਆ ਇੰਟਰਨੈਸ਼ਨਲ ਵੀ ਨੈਸ਼ਨਲ ਵੀ ਜੇ ਗਾਂਹ ਕਿਸੇ ਨੇ ਬਿਲਿਕ ਤਰਨੋਵਾ ਸੋਫੀਆ ਨੂੰ ਜਾਣਾ ਤਾਂ ਉਹਨੂੰ ਵੀ ਟ੍ਰੇਨਾਂ ਇੱਥੋਂ ਹੀ ਮਿਲਣੀਆਂ ਵਾ ਇੱਥੋਂ ਟ੍ਰੇਨਾਂ ਮਿਲਣੀਆਂ ਵਾ ਸੋ ਇਹ ਆ ਰੂਸੇ ਦਾ ਟ੍ਰੇਨ ਸਟੇਸ਼ਨ ਯਾਦ ਰੱਖਿਓ ਇਮੀਗ੍ਰੇਸ਼ਨ ਤੁਹਾਡੀ ਇੱਥੇ ਹੀ ਹੋਣੀ ਆ ਆਉਣ ਵਾਲਿਆਂ ਦੀ ਵੀ ਇੱਥੇ ਹੁੰਦੀ ਆ ਅਤੇ ਜਾਣ ਵਾਲਿਆਂ ਦੀ ਵੀ ਇੱਥੇ ਹੁੰਦੀ ਆ ਅਤੇ ਇਹ ਵੀ ਮੈਂ ਹੁਣ ਦੇਖਿਆ ਅਤੇ ਮੈਂ ਸੋਚਿਆ ਕਿ ਮੈਂ ਦੇਖ ਰਿਹਾ ਸੀ ਕਿ ਟ੍ਰੇਨ ਸਟੇਸ਼ਨ ਆਇਆ ਨਹੀਂ ਹਜੇ ਤੱਕ ਰਾਹ ਦੇ ਵਿੱਚ ਬਟ ਹੁਣ ਆ ਗਿਆ
ਤੇ ਮੈਂ ਸੋਚਿਆ ਤੁਹਾਨੂੰ ਥੋੜ੍ਹਾ ਜਿਹਾ ਗਾਈਡ ਕਰਾਂ, ਦੱਸ ਦੇਵਾਂ ਤੁਹਾਨੂੰ। ਸੋ ਇਹ ਇਹਦਾ ਟ੍ਰੇਨ ਸਟੇਸ਼ਨ, ਸੋ ਦੇਖ ਲਓ ਸਾਰਾ। ਅਤੇ ਹੁਣ ਆਪਾਂ ਕਰਦੇ ਹਾਂ ਸਫ਼ਰ ਆਪਣਾ ਕੰਟੀਨਿਊ। ਮੋਹਾਲੀ ਬੱਸ ਸਟੈਂਡ ਵਾ, ਬੱਸ ਸਟੋਪ ਆ, ਉੱਥੋਂ ਬੱਸਾਂ ਮਿਲਦੀਆਂ ਵਾ ਬੁਕਾਰੈਸਟ ਨੂੰ, ਤੁਰਕੀ ਨੂੰ ਜਾਣਾ ਜੇ ਤੁਸੀਂ, ਜਾਂ ਕਿਸੇ ਹੋਰ ਸਿਟੀ ਨੂੰ ਜਾਣਾ ਵਾ ਬੁਲਗਾਰੀਆ ਦੀ, ਜਾਂ ਰੋਮਾਨੀਆ ਨੂੰ ਵਾਪਸ ਜਾਣਾ ਵਾ, ਕਿਤੇ ਵੀ ਉੱਥੋਂ ਬੱਸਾਂ ਮਿਲਦੀਆਂ ਵਾ, ਨਾਲ ਹੀ ਆ ਉਹਦੇ। ਜਦੋਂ ਤੁਸੀਂ ਬਾਹਰ ਨਿਕਲੋਗੇ ਟ੍ਰੇਨ ਸਟੇਸ਼ਨ ਤੋਂ, ਉਹਦੇ ਸੱਜੇ ਹੱਥ ਨੂੰ ਤੁਸੀਂ ਤੁਰੇ ਜਾਣਾ ਵਾ ਰਾਈਟ ਹੈਂਡ ਨੂੰ, ਅਤੇ ਮੂਹਰੇ ਜਾ ਕੇ ਪੌੜੀਆਂ ਚੜ੍ਹ ਕੇ ਉੱਪਰ ਤੁਹਾਨੂੰ ਇਹਦਾ ਬੱਸ ਸਟੈਂਡ ਮਿਲ ਜਾਣਾ, ਉੱਥੋਂ ਬੱਸਾਂ ਟੈਕਸੀਆਂ ਸਾਰਾ ਉੱਥੋਂ ਤੁਹਾਨੂੰ ਮਿਲ ਜਾਂਦਾ। ਬੁਲਗਾਰੀ ਵਾਲਿਆਂ ਨੂੰ ਸਾਰੇ ਇੱਥੇ ਟਰੈਕਟਰ ਵੀ ਆ, ਵੱਡਾ ਟਰੈਕਟਰ ਸਭ ਨੂੰ, ਅਤੇ ਪਰਲੇ ਪਾਸੇ ਵੀ ਖੜੀਆਂ ਕੰਬਾਈਨਾਂ ਵੀ ਆ, ਪੂਰੀ ਫੈਕਟਰੀ ਆ ਕਿੱਥੇ ਬਣਦੇ ਬੁਣਦੇ ਹੋਣੇ ਆ। ਆਹ ਦੇਖੋ ਉਹ ਸਪਰੇਅ ਕਰਨ ਵਾਲਾ ਜਿਹੜਾ ਸਪਰੇਅ ਕਰਦੇ ਹੁੰਦੇ, ਦੇਖੋ ਇੱਥੇ ਇੱਦਾਂ ਦੀਆਂ ਆ, ਖੇਤ ਖੂਤ ਵਾਹੇ ਆ, ਤਾਜ਼ੇ ਵਾਹੇ ਆ। ਇੱਧਰ ਆ ਕਣਕ ਬੀਜੀ ਆ, ਕਣਕ ਸੇਮ ਸੇਮ ਹੀ ਰਵਾਨੀਆਂ ਦੀ ਜਿਹੜੀ ਜਿਹੜੀ ਉੱਥੇ ਕਣਕ ਹੋਈ ਆ ਬੁਕਾਰੈਸਟ ਜਾਂ ਇੱਥੇ ਅਗਲੇ ਏਰੀਏ ਦੀ ਸੇਮ ਹੀ ਹੋ ਗਈ ਆ। ਇਹ ਰੂਸੇ ਤੋਂ ਅੱਗੇ ਆਪਾਂ ਬਿਲਿਕਰ ਨੋਵਾ ਨੂੰ ਜਾਂਦੇ ਹਾਂ, ਇਹ ਉਹ ਰੋਡ ਆ ਬਿਲਿਕਰ ਨੋਵਾ ਵਾਲਾ, ਰੂਸੇ ਤੋਂ 100 ਅਤੇ 5-7 ਕਿਲੋਮੀਟਰ ਹੈਗਾ ਵਾ ਬਿਲਿਕਰ ਨੋਵਾ। ਆਹ ਦੇਖੋ ਸਿੰਗਲ ਰੋਡ ਆ, ਆ ਕਣਕ ਬੀਜੀ ਆ ਇੱਧਰ, ਅਤੇ ਫਿਲਹਾਲ ਹੋਰ ਤਾਂ ਕੋਈ ਫਸਲ ਟੱਕਰੀ ਨਹੀਂ ਹਜੇ। ਬਾਕੀ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ, ਇੱਥੇ ਗਰਮੀ ਜ਼ਿਆਦਾ ਰੋਮਾਨੀਆ ਨਾਲੋਂ, ਬਰਸ ਵਿੱਚ ਤਾਂ ਹਜੇ ਵੀ ਠੰਡ ਪੈਣ ਡਈ ਹੈ, ਬਟ ਇੱਥੇ ਗਰਮੀ ਬਹੁਤ, ਅਤੇ ਉੱਥੇ ਤਾਂ ਸਾਈਕਲ ਚਲਾਉਂਦਾ ਸੀ ਮੈਂ, 2 ਜੈਕਟਾਂ ਪਾਈਆਂ ਸੀ, ਇੱਥੇ ਆ ਸਿੰਗਲ, ਇਹਦੇ 'ਚ ਵੀ ਗਰਮੀ ਲੱਗਣ ਡੀ, ਇਹ ਵੀ ਲਾਉਣ ਦਾ ਇਰਾਦਾ ਬਣੀ ਜਾਂਦਾ। ਵੱਧ ਗਰਮੀ ਹੁਣ ਪਤਾ ਨਹੀਂ, ਗਰਮੀ ਵੱਧ ਹੋਣ ਦਾ ਪਤਾ ਨਹੀਂ ਕੀ ਕਾਰਨ ਆ, ਬਟ ਇੱਥੇ ਗਰਮੀ ਜ਼ਿਆਦਾ। ਇੱਦਾਂ ਦਾ ਏਰੀਆ ਹਾਂ, ਇਹਨਾਂ ਨੇ ਨਾ ਬਹੁਤ ਵਧੀਆ ਕੀਤਾ, ਦੇਖੋ ਇੰਗਲਿਸ਼ ਵਿੱਚ ਵੀ ਲਿਖਿਆ ਵਾ ਅਤੇ ਬਲਗੇਰੀਅਨ ਲੈਂਗੁਏਜ ਵਿੱਚ ਵੀ ਲਿਖਿਆ ਵਾ, ਉੱਪਰ ਜਿਹੜੀ ਆ ਬਲਗਾਰੀਆ ਦੀ ਭਾਸ਼ਾ ਵਾ, ਥੱਲੇ ਇੰਗਲਿਸ਼ ਆ। ਸੋਫੀਆ 300 ਕਿਲੋਮੀਟਰ ਆ ਰੂਸੇ, ਜਿੱਦਾਂ ਆਪਾਂ ਇੱਧਰੋਂ ਜਿੱਧਰੋਂ ਆਏ ਹਾਂ 18 ਕਿਲੋਮੀਟਰ ਹੋ ਗਿਆ ਰੂਸੇ, ਅਤੇ ਇੱਧਰ ਨੂੰ ਜਾਣਾ ਆਪਾਂ ਬਿਲਿਕਰ ਨੋਵਾ ਵੀ ਇੱਧਰ ਹੀ ਆ। ਆਹ ਚਰਚ ਚੁਰਚ ਆ ਕੋਈ ਆਪਣੇ ਪੱਥਰ ਦੀ ਬਣੀ, ਲਿਖਿਆ ਤਾਂ ਪਿੱਛੇ ਇੱਦਾਂ ਹੀ ਸੀ ਚਰਚ ਆ, ਉੱਪਰ ਕੁਛ ਲਿਖਿਆ ਵੀ ਆ, ਉਹ ਆਪਣੀ ਸਮਝ ਤੋਂ ਬਾਹਰ ਆ। ਖੁੱਲੀਆਂ ਛੱਡੀਆਂ ਇੱਦਾਂ ਹੀ ਚੁੱਕ ਚੱਕ ਕੇ ਇੱਦਾਂ ਹੀ ਪੱਠੇ ਪਾ ਦੇਣੇ, ਇੱਥੇ ਇਹਨਾਂ ਨੇ ਕਿਤੇ ਨਹੀਂ ਭੱਜਣਾ ਇਹਨਾਂ ਨੇ। ਬਲਗਾਰੀਆ ਦੀਆਂ ਗਾਵਾਂ ਖੇਤੀ ਸਾਰੀ ਮੀਂਹ 'ਤੇ ਹੀ ਨਿਰਭਰ ਆ, ਕੋਈ ਮੋਟਰ ਨਹੀਂ, ਕੋਈ ਟਿਊਬਵੈੱਲ ਨਹੀਂ, ਬਾਰਿਸ਼ ਦਾ ਪਾਣੀ ਬਸ ਉਹਦੇ ਨਾਲ ਹੀ ਸਾਰਾ ਕੁਛ ਚੱਲਦਾ। ਇਹਨਾਂ ਨੇ ਸਪਰੇਆਂ ਕਰਨੀਆਂ ਹੁੰਦੀਆਂ ਤਾਂ ਬੀਜ ਖਿਲਾਰਨੇ ਹੁੰਦੇ ਬਸ, ਜਾਂ ਵੱਢਣੀ ਹੈ। ਕਿੱਡੇ ਵੱਡੇ ਟੱਕ ਦੇਖੋ ਇੱਧਰ ਵੀ, ਇਹ ਪੰਪ ਆ ਬਰਾਵੋ ਪਿੰਡ ਜਾਂ ਕਸਬਾ ਜਾਂ ਪੰਪ ਆ ਹੋਮ ਪੈਟਰੋਲ ਦਾ, ਅਤੇ ਆ ਜਿੰਨੇ ਜੱਕੜ ਬੈਠੇ ਆ ਕਿਸੇ ਨੂੰ ਅੰਗਰੇਜ਼ੀ ਨਹੀਂ ਆਉਂਦੀ, ਮੱਥਾ ਹੀ ਮਾਰਨਾ ਪੈਂਦਾ। ਅਤੇ ਸ਼ਾਰਿਆਂ ਸ਼ੂਰਿਆਂ ਨਾਲ ਕਹਿ ਕੇ ਟਾਈਮ ਪਾਸ ਜਿਹਾ ਕਰ ਲਿਆ, ਸਮਾਨ ਸਮੂਨ ਲੈ ਲਿਆ ਖਾਣ ਪਾਉਣ ਨੂੰ। ਇਸ ਤੋਂ ਬਾਅਦ 'ਚ 12 ਕਿਲੋਮੀਟਰ ਹੋਰ ਆ, ਅਤੇ ਉੱਥੇ ਜਾ ਕੇ ਕੈਂਪਿੰਗ ਕਰਾਂਗੇ। ਬਿਆਲ ਇੱਕ ਕਸਬਾ ਸਿਟੀ ਜੀ ਆ, ਉੱਥੇ ਰੁਕਾਂਗੇ ਜਾ। ਥੱਲੇ ਨੂੰ
ਜੀਪਾਂ ਨਿਕਲਦੀਆਂ, ਟਰੱਕਾਂ ਆਉਂਦੀਆਂ,